ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ ਤੇ ਮੈਂ ਆ ਕਰਨ ਅੱਜ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਨਗਰ ਕੀਰਤਨ ਸ਼ਿੰਗੂ ਬਾਰਡਰ ਤੇ ਸਜਾਇਆ ਗਿਆ ਹੈ। ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ ਤੇ ਗੁਰੂ ਸਾਹਿਬਾਨਾਂ ਦੇ ਜਿਹੜੇ ਪ੍ਰਕਾਸ਼ ਪਰਬ ਵੀ ਮਨਾਏ ਗਏ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਬ ਹੈ। ਗੱਤਕਾ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਖੇਡ ਰਹੀਆਂ, ਸਾਡੇ ਨਾਲ ਜੱਦਾ ਸਾਹਿਬ ਨੇ। ਖਾਲਸਾ ਜੀ, ਅੱਜ ਦਾ ਦਿਨ ਬੜਾ ਸੁਭਾਗਾ ਹੈ, ਬਾਰਡਰ 'ਤੇ ਮਨਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ 10ਵੇਂ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਹੈ ਅਤੇ ਇਹ ਫੌਜਾਂ ਜਿਹੜੀਆਂ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਸਾਰੀਆਂ, ਬੁੱਢਾ ਦਲ, ਤਰਨਾ ਦਲ, ਸਮੂਹ ਜਥੇਬੰਦੀਆਂ ਅਤੇ ਕਤਰਤਾਈਆਂ ਹੋ ਕੇ 10ਵੇਂ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਅਵਤਾਰ ਪੁਰਬ ਮਨਾ ਰਹੇ ਆ ਅਤੇ ਨਗਰ ਕੀਰਤਨ ਪੂਰੇ ਜਾਹੋ ਅਤੇ ਜਲਾਲ ਨਾਲ ਇਸ ਟਾਈਮ ਅਤੇ ਸਿੰਘੂ ਬਾਰਡਰ ਤੋਂ ਚੱਲ ਕੇ ਰਸੋਈ ਢਾਬੇ ਤੱਕ ਜਾ ਕੇ ਸਮਾਪਤੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਜ ਦੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀਆਂ ਦੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ। ਇਹ ਵੇਖੋ ਜੀ, ਸੰਘਰਸ਼ ਜਿਹੜਾ ਹੈ ਉਹ ਮਹਾਨ ਸੂਰਬੀਰ ਯੋਧਿਆਂ ਨੇ ਸ਼ੁਰੂਆਤ ਕੀਤੀ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ। ਇਸ ਸੰਘਰਸ਼ ਦੇ ਵਿੱਚ ਗੁਰੂ ਸਾਹਿਬਾਂ ਦਾ ਜਿਹੜਾ ਵਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸਾਰੇ ਕਿਸਾਨ ਜਥੇਬੰਦੀਆਂ ਜਿਹੜੀਆਂ ਮਨਾ ਰਹੀਆਂ ਨੇ, ਇਹ ਬਹੁਤ ਵੱਡੀ ਜਿਹੜੀ ਏਕਤਾ ਦਾ ਸਬੂਤ ਹੈ, ਚੜ੍ਹਦੀ ਕਲਾ ਦਾ ਸਬੂਤ ਹੈ, ਚੜ੍ਹਦੀ ਕਲਾ ਦਾ ਸਬੂਤ ਹੈ ਬਿਲਕੁਲ। ਸੀਵੀਆ ਸਾਹਿਬ ਕੇ ਨਾਲ ਤਸਵੀਰਾਂ ਦਿਖਾਉਂਦੇ ਹਾਂ ਅਸੀਂ ਕਿ ਇਹ ਸਿੱਖੀ ਜਾਹੋ ਜਲਾਲ ਦੀਆਂ ਤਸਵੀਰਾਂ ਨੇ, ਜਾਹੋ ਜਲਾਲ ਦੀਆਂ ਇਹ ਤਸਵੀਰਾਂ ਅਤੇ ਇਹ ਮਾਹੌਲ ਫਤਿਹ ਦੀ ਬਖਸ਼ਿਸ਼ ਕਰ ਗਿਆ ਜੀ। ਆਸ਼ਿਕ ਜੋ ਤੇਗਾਂ ਦਾ, ਰਾਖਾ ਮਜ਼ਲੂਮਾਂ ਦਾ ਜੀ, ਅਤੇ ਦਾਗਾ ਸੀ ਦੇਗਾਂ ਦਾ, ਫੱਕਰ ਜਰਨੈਲ ਅਨੋਖਾ ਰੱਖਦਾ ਸੀ ਬਾਜ਼ਾਂ ਨੂੰ, ਉਸੇ ਨੇ ਸੁੱਚੇ ਕਰਤਾ ਝੂਠੇ ਸਰਤਾਜਾਂ ਨੂੰ, ਸ਼ਾਇਰ ਕਲਮਾਂ ਨੂੰ ਸਮਝਣ ਹੁਣ ਆਪਣੀ ਤਲਵਾਰ ਜੀ। ਇਸ ਕੌਮ ਦੇ ਵਿੱਚ ਬਹੁਤ ਯੋਧੇ ਹੋਏ ਨੇ। ਗੁਰੂ ਸਾਹਿਬਾਨ ਜੀ ਦਾ ਪ੍ਰਕਾਸ਼ ਪਰਬ ਅੱਜ ਮਨਾਇਆ ਜਾ ਰਿਹਾ ਅਤੇ ਆ ਤੁਸੀਂ ਸੰਗਤਾਂ ਦੇ ਚਿਹਰਿਆਂ ਦੇ ਉੱਤੇ ਨੂਰ ਦੇਖ ਸਕਦੇ ਹੋ। ਇਹ ਨੂਰ ਖਾਲਸਾ ਹੀ ਜਾਹੋ ਜਲਾਲ ਦੀਆਂ ਤਸਵੀਰਾਂ, ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰਾਂਗੇ। ਪਾਲਕੀ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ। ਪਾਲਕੀ ਸਾਹਿਬ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਇਸ ਵਕਤ ਸਿੰਘੂ ਬਾਰਡਰ ਤੋਂ। ਇਹ ਤਸਵੀਰਾਂ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਬ ਹੈ ਅਤੇ ਜਾਹੋ ਜਲਾਲ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਲਾਵਾਂ ਚੜ੍ਹਦੀਆਂ ਨੇ। ਇਹ ਕਲਾਵਾਂ ਚੜ੍ਹਦੀਆਂ ਕਲਾਵਾਂ ਦੀਆਂ ਤਸਵੀਰਾਂ ਤੁਸੀਂ ਅੱਖਰ ਉੱਤੇ ਦੇਖ ਰਹੇ ਹੋ। ਸੋ ਸੰਘਰਸ਼ ਵੀ ਇੱਕ ਪਾਸੇ ਚੱਲ ਰਿਹਾ ਹੈ ਅਤੇ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਦਿਹਾੜਾ ਵੀ ਇੱਥੇ ਸਾਰੇ ਰਲ ਮਿਲ ਕੇ। ਗੁਰੂ ਕੀਆਂ ਲਾਡਲੀਆਂ ਫੌਜਾਂ ਤੁਸੀਂ ਦੇਖਿਆ ਗੱਤਕੇ ਦੇ ਜ਼ੋਹਰ ਵੀ, ਅਤੇ ਕਿਸਾਨ ਜਿਹੜੇ ਪੰਜਾਬ ਤੋਂ ਜਾਂ ਹੋਰ ਸੂਬਿਆਂ ਤੋਂ ਪਹੁੰਚੇ ਨੇ। ਸੋ ਪਹਿਲੀ ਵਾਰ ਹੋਇਆ ਕਿ ਇੱਕ ਸੰਘਰਸ਼ ਦੇ ਵਿੱਚ, ਐਡੇ ਵੱਡੇ ਸੰਘਰਸ਼ ਦੇ ਵਿੱਚ ਇਤਿਹਾਸ ਜਿਹੜਾ ਹੈ ਉਹਦੇ ਪੰਨਿਆਂ ਦੇ ਉੱਤੇ ਹੋਰ ਤਸਵੀਰਾਂ ਜੁੜ ਗਈਆਂ ਇਤਿਹਾਸਿਕ ਪੰਨਿਆਂ ਦੇ ਉੱਤੇ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਖਰ ਦੇ ਉੱਤੇ। ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਹੋ ਰਹੀ ਹੈ। ਸੋ ਪੰਜ ਪਿਆਰੇ ਇਹ ਤਸਵੀਰਾਂ ਇਤਿਹਾਸਿਕ ਨੇ। ਇਹ ਤਸਵੀਰਾਂ ਜਿਹੜੀਆਂ ਨੇ ਚੜ੍ਹਦੀ ਕਲਾ ਵਾਲੀਆਂ, ਨਗਰ ਕੀਰਤਨ ਸਜਾਇਆ ਗਿਆ ਹੈ ਅੱਜ ਅਤੇ ਨਗਰ ਕੀਰਤਨ ਦੀਆਂ ਤਸਵੀਰਾਂ ਨੇ। ਸੰਗਤਾਂ ਦੇ ਸਤਿ ਸ਼੍ਰੀ ਅਕਾਲ ਜੀ। ਅੱਜ ਇਤਿਹਾਸਿਕ ਦਿਹਾੜਾ ਮਨਾਇਆ ਜਾ ਰਿਹਾ ਸਿੰਘੂ ਬਾਰਡਰ 'ਤੇ, ਕਹਿੰਦੇ ਸਿੰਘ ਬਾਰਡਰ ਬਣਿਆ ਹੋਇਆ ਅੱਜ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ, ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਜਿਹੜਾ ਦਿਹਾੜਾ ਗੁਰਪੁਰਬ
ਇਹ ਸਿੰਘੂ ਬਾਰਡਰ ਤੇ ਜੋ ਕਿਸਾਨ ਅੰਦੋਲਨ ਚੱਲ ਰਿਹਾ 3 ਆਰਡੀਨੈਂਸ ਜਾਬਰ ਸਰਕਾਰ ਨੇ ਜਿਹੜੇ ਜਾਰੀ ਕੀਤੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਇਸ ਸੰਘਰਸ਼ ਦੇ ਵਿੱਚ ਲਗਾਤਾਰ ਪ੍ਰੋਗਰਾਮ ਗੁਰਪੁਰਬ ਸਾਡੇ ਜਿਹੜੇ ਸ਼ਹੀਦੀ ਦਿਹਾੜੇ ਆ ਸਾਹਿਬਜ਼ਾਦਿਆਂ ਦਾ ਹੋਵੇ ਅਤੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਹੋਵੇ ਬਾਬਾ ਬਘੇਲ ਸਿੰਘ ਦਾ ਹੋਵੇ ਕੋਈ ਵੀ ਦਿਹਾੜਾ ਜਿਹੜਾ ਉਹ ਜਿੱਥੇ ਵੀ ਸਿੱਖ ਸੰਗਤਾਂ ਕਦੇ ਵੀ ਸੰਘਰਸ਼ ਕਰਦੀਆਂ ਜਾਂ ਕੋਈ ਜੋੜ ਮੇਲਾ ਹੁੰਦਾ ਉੱਥੇ ਬੈਠ ਕੇ ਉਹ ਦਿਹਾੜੇ ਸਾਡੇ ਵਾਸਤੇ ਮਨਾਉਣੇ ਜ਼ਰੂਰੀ ਹੁੰਦੇ ਆ ਕਿਉਂਕਿ ਉਹਨਾਂ ਦੇ ਅਸੀਂ ਦਿੱਤੇ ਹੋਏ ਸਿਧਾਂਤਾਂ 'ਤੇ ਦਿੱਤੇ ਹੋਏ ਮਾਰਗ 'ਤੇ ਅਸੀਂ ਚੱਲਦੇ ਹਾਂ। ਉਹਨਾਂ ਨੇ ਔਰੰਗਜ਼ੇਬ ਨੂੰ ਜਿਹੜੇ ਜ਼ਬਰ ਕਰਦਾ ਸੀ ਮਨੁੱਖਤਾ ਦਾ ਘਾਣ ਕਰਦਾ ਸੀ ਇਤਿਹਾਸ ਦਾ ਬਾਬਰ ਨੂੰ ਜ਼ਬਰ ਆਖਿਆ ਸੀ ਉਸੇ ਤਰ੍ਹਾਂ ਮੋਦੀ ਆ ਜਿਹੜਾ ਉਹ ਲੋਕਾਂ ਦੇ ਉੱਤੇ ਜ਼ਬਰ ਕਰਦਾ ਘੱਟ ਗਿਣਤੀਆਂ ਦੇ ਉੱਤੇ ਨਵੇਂ ਤੋਂ ਨਵੇਂ ਕਾਨੂੰਨ ਥੋਪ ਰਿਹਾ ਉਸ ਨੂੰ ਅਸੀਂ ਜਿਹੜਾ ਇੱਕ ਚੇਤਾਵਨੀ ਦੇਣ ਵਾਸਤੇ ਮੂੰਹ ਮੋੜਨ ਵਾਸਤੇ ਜਿਹੜਾ ਅਸੀਂ ਇੱਥੇ ਜਿਹੜਾ ਸੰਘਰਸ਼ ਵਿੱਢਿਆ ਹੋਇਆ ਇਹ ਸਿੱਖ ਸੰਗਤਾਂ ਅੱਜ ਜਿਹੜਾ ਗੁਰਪੁਰਬ ਮਨਾ ਰਹੀਆਂ ਪੂਰੀ ਦੇਸ਼ ਵਾਸੀਆਂ ਨੂੰ ਅਸੀਂ ਇੱਥੋਂ ਜਿਹੜਾ ਵਧਾਈ ਵੀ ਪੇਸ਼ ਕਰਦੇ ਹਾਂ ਸਾਰਿਆਂ ਨੂੰ ਅਤੇ ਉਹਨਾਂ ਦੇ ਦਿੱਤੇ ਹੋਏ ਮਾਰਗ ਦਰਸ਼ ਤੇ ਚੱਲ ਕੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਾਂ 'ਤੇ ਚੱਲ ਗਏ ਅਤੇ ਬਾਬਰ ਨੂੰ ਜਾਬਰ ਕਹਿਣ ਦੀ ਅਸੀਂ ਜ਼ੁਰਤ ਕਰ ਗਏ। ਬਿਲਕੁਲ ਬਾਬਰ ਨੂੰ ਜਾਬਰ ਕਹਿਣ ਦੀ ਜ਼ੁਰਤ ਕਰੀਏ। ਸੋ ਇਹ ਤਸਵੀਰਾਂ ਪੰਜ ਪਿਆਰੇ ਦੇਖ ਸਕਦੇ ਹੋ ਤੁਸੀਂ ਕਿ ਇਹ ਇਤਿਹਾਸਕ ਤਸਵੀਰਾਂ ਨੇ। ਇੱਕ ਪਾਸੇ ਅੰਦੋਲਨ ਵੀ ਚੱਲ ਰਿਹਾ ਅਤੇ ਪ੍ਰਕਾਸ਼ ਪਰਬ ਵੀ ਸੰਗਤਾਂ ਸਿੰਘੂ ਬਾਰਡਰ 'ਤੇ ਮਨਾ ਰਹੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਵਧੀਆ ਵਧੀਆ, ਚੜ੍ਹਦੀ ਕਲਾ। ਹੋਰ ਚੜ੍ਹਦੀ ਕਲਾ ਅੱਜ ਪੂਰਾ ਜਾਹੋ ਜਲਾਲ ਦੀਆਂ ਤਸਵੀਰਾਂ ਨੇ ਸਿੱਖੀ ਦੇ ਰੰਗ 'ਚ ਰੰਗਿਆ। ਹਾਂਜੀ, ਅੱਜ ਬਾਣੀ ਦਾ ਪ੍ਰਵਾਹ ਹੈ ਅਤੇ ਸਾਰੇ ਪਾਸੇ ਗੁਰੂ ਮਹਾਰਾਜ ਦੀ ਕਿਰਪਾ ਹੈ ਅਤੇ ਹੁਣ ਆਪ ਜੀ ਨੇ ਦੇਖਣਾ ਜਦੋਂ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਅਤੇ ਅੰਦੋਲਨ ਨੇ ਵੀ ਇੱਕ ਨਵਾਂ ਰੁੱਖ ਲੈਣਾ ਹੈ ਤਾਂ ਜੋ ਸ਼ਾਂਤਮਈ ਤਰੀਕੇ ਨਾਲ ਆਪਾਂ ਅੰਦੋਲਨ ਕਰ ਰਹੇ ਹਾਂ ਅਤੇ ਸਰਕਾਰਾਂ ਨੂੰ ਦਿਖੇ ਅਤੇ ਗੋਦੀ ਮੀਡੀਆ ਨੂੰ ਦਿਖੇ ਕਿ ਅੱਜ ਵੀ ਅਸੀਂ ਨਗਰ ਕੀਰਤਨ ਉਹ ਚੱਲ ਰਿਹਾ ਹੈ ਅਤੇ ਸੰਗਤਾਂ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰਿਆਂ ਦਾ ਪ੍ਰਭਾਵ ਅਤੇ ਸੰਗਤ ਦਾ ਜਿਹੜਾ ਬਾਣੀ ਦਾ ਪ੍ਰਸਾਰ ਹੈ ਉਹਦਾ ਨਾ ਕੋਈ ਮਾਨੇ ਦੇ ਵਿੱਚੋਂ ਵੱਡੇ ਅਰਥ ਨਿਕਲਣੇ ਅਤੇ ਅੰਦੋਲਨ ਨੇ ਇੱਕ ਵੱਡਾ ਰੂਪ ਲੈਣਾ। ਅੰਦੋਲਨ ਇੱਕ ਵੱਡਾ ਰੂਪ ਲਏਗਾ। ਸੋ ਸੰਗਤਾਂ ਦੇ ਵਿੱਚ ਅੱਜ ਦੇ ਦਿਹਾੜੇ ਉਤਸ਼ਾਹ ਹੋਰ ਭਰਿਆ ਹੈ। ਤਸਵੀਰਾਂ ਇੱਕ ਵਾਰੀ ਦੇਖੋ, ਪਾਲਕੀ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ। ਸੋ ਸ਼ਰਧਾ ਅੱਜ ਪੂਰੀ ਨਜ਼ਰ ਆ ਰਹੀ ਹੈ ਸਿੰਘੂ ਬਾਰਡਰ 'ਤੇ ਸੜਕਾਂ ਦੇ ਉੱਤੇ। ਇਸ ਵਕਤ ਸੰਗਤਾਂ ਜਿਹੜੀਆਂ ਨੇ ਉਹ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪਰਬ ਮਨਾ ਰਹੀਆਂ ਨੇ। ਸੋ ਇਹ ਇਤਿਹਾਸਿਕ ਤਸਵੀਰਾਂ, ਕਿਉਂਕਿ ਇਤਿਹਾਸ ਲਿਖਿਆ ਜਾਣਾ ਇਸ ਅੰਦੋਲਨ ਦਾ ਕਿ ਪੰਜਾਬ ਨੇ ਜਿੱਥੇ ਪੂਰੀ ਅਗਵਾਈ ਕੀਤੀ ਸੀਗੀ ਤਾਂ ਗੁਰਪੁਰਬ ਜਿਹੜੇ ਇਸ ਅੰਦੋਲਨ 'ਚ ਮਨਾਏ, ਇੱਕ ਉਤਸ਼ਾਹ ਵਧਿਆ। ਸੋ ਪਾਲਕੀ ਸਾਹਿਬ ਦੇ ਦਰਸ਼ਨ ਕਰੋ ਅੱਖਰ ਦੇ ਉੱਤੇ। ਸੋ ਇਹ ਤਸਵੀਰਾਂ ਜਿਹੜੀਆਂ ਨੇ ਇਹ ਜੋਸ਼ ਭਰ ਰਹੀਆਂ ਨੇ ਸੰਗਤਾਂ ਦੇ ਵਿੱਚ। ਖਾਲਸਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਕਹਿੰਦੇ ਕਿ ਪੂਰਾ ਬਹੁਤ ਜੋਸ਼ ਵੱਧ ਗਿਆ ਕਿਸਾਨਾਂ ਦਾ, ਪ੍ਰਕਾਸ਼ ਪਰਬ ਇੱਥੇ ਹੀ ਮਨਾ ਰਹੇ ਆਪਾਂ। ਵੇਖੋ ਜੀ, ਪਹਿਲਾਂ ਵੀ ਨਗਰ ਕੀਰਤਨ ਇਸੇ ਤਰ੍ਹਾਂ ਹੀ ਸੀਗਾ, ਅੱਜ ਫਿਰ ਦੂਜੀ ਵਾਰ ਨਗਰ ਕੀਰਤਨ। ਇਸ ਸਾਡੇ ਪ੍ਰਧਾਨ ਜੀ ਕਹਿ ਰਹੇ ਕਿ ਇੱਕ ਜ਼ਫਰਨਾਮਾ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਨਾ, ਅੱਜ ਇਹ ਕਿਸਾਨਾਂ ਨੇ ਮੋਦੀ ਨੂੰ ਮੰਗਾ ਰਿਹਾ, ਦੱਸਿਆ ਕਿ ਸਾਡਾ ਇਕੱਠ ਦੇਖੋ। ਅੱਜ ਕੱਲ੍ਹ ਵਾਲੀ ਮੀਟਿੰਗ ਜਿਹੜੀ ਅੱਜ ਰੱਖੀ ਗਈ, ਅੱਜ ਕੁਛ ਨਾ ਕੁਛ ਉਹ ਕਰੇ, ਨਹੀਂ ਤਾਂ ਇਸ ਤੋਂ 26 ਜਨਵਰੀ ਨੂੰ ਜੇ ਉਹ ਕਿਸਾਨਾਂ ਦਾ ਫਿਰ ਰੋਹ ਹੋਊਗਾ, ਸਰਕਾਰ ਨੂੰ ਸੰਭਾਲਣਾ ਔਖਾ ਹੋ ਜਾਊਗਾ। ਇਸ ਕਰਕੇ ਅਸੀਂ ਬੜੀ ਆਸ ਮਿਹਨਤ ਨਾਲ ਅੱਜ ਗੁਰੂ ਸਾਹਿਬ ਦਾ ਆਸਰਾ ਲੈ ਕੇ ਸਾਰੀ ਸੰਗਤ ਨਾਲ ਕਰ ਰਹੇ ਹਾਂ ਵੀ ਕੋਈ ਜਲਦੀ ਸਾਡਾ ਜਿਹੜਾ ਹੱਲ ਹੈ ਉਹ ਨਿਕਲ ਗਿਆ। ਜਲਦੀ ਹੱਲ ਦੀ ਕਾਮਨਾ ਵੀ ਹੈ, ਜਲਦੀ ਹੱਲ ਦੀ ਕਾਮਨਾ ਵੀ ਹੈ। ਅਤੇ ਤਸਵੀਰਾਂ ਤੁਸੀਂ ਦੇਖੀਆਂ, ਸੰਗਤਾਂ 'ਚ ਇੱਕ ਉਤਸ਼ਾਹ ਹੈ। ਆਪਣੇ ਸਹਿਯੋਗੀ ਨਵਰੀ ਸਿਵਾ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਲਈ।